ਮਾਂ ਦਾ ਦਿਲ ਹੀ ਪੁੱਟ ਦੇ ਔਗਣ ਜਰ ਸਕਦਾ ਹੈ। ਆ ਮੈਂ ਪਿੱਛੇ ਜੇ ਲੋਹੜੀ ਲੰਘ ਕੇ ਗਈ ਹੈ ਨਾ ਜੀ, ਮੈਂ ਉਦੋਂ ਇੱਕ ਇੰਟਰਵਿਊ ਸੁਣ ਰਿਹਾ ਸੀ। ਬਿਰਧ ਆਸ਼ਰਮ ਵਿੱਚ ਮਾਤਾ ਬੈਠੀ ਹੈ, ਮਾਤਾ ਦੀ ਪੱਤਰਕਾਰ ਇੰਟਰਵਿਊ ਕਰ ਰਿਹਾ ਹੈ। ਪੱਤਰਕਾਰ ਪੁੱਛਦਾ, ਮਾਂ ਤੇਰਾ ਕੋਈ ਪੁੱਤ ਨਹੀਂ ਹੈ? ਮਾਂ ਕਹਿਣ ਲੱਗੀ, ਨਹੀਂ ਵੇ ਪੁੱਤਰਾ, ਮੇਰੇ ਵੀ ਦੋ ਪੁੱਤ ਹੈ, ਬਹੁਤ ਸੋਹਣੇ ਘਰ ਉਹਨਾਂ ਦੇ ਬਣੇ ਹੋਏ ਹੈ। ਮਾਂ ਤੂੰ ਹੁਣ ਬਿਰਧ ਆਸ਼ਰਮ ਵਿੱਚ ਕੀ ਕਰਦੀ ਹੈ? ਪੱਤਰਕਾਰ ਪੁੱਛ ਰਿਹਾ ਜੀ, ਮਾਂ ਤੂੰ ਬਿਰਧ ਆਸ਼ਰਮ ਵਿੱਚ ਕੀ ਕਰ ਰਹੀ ਆ? ਮਾਂ ਨੇ ਫਿਰ ਵੀ ਨਹੀਂ ਆਖਿਆ ਵੀ ਮੇਰੇ ਪੁੱਤਰਾਂ ਨੇ ਮੈਨੂੰ ਘਰੋਂ ਕੱਢਿਆ। ਮਾਂ ਕਹਿਣ ਲੱਗੀ, ਮੇਰੇ ਮਾੜੇ ਕਰਮ ਹੋਣਗੇ, ਮੈਂ ਬਿਰਧ ਆਸ਼ਰਮ ਵਿੱਚ ਬੈਠੀ ਆ। ਮੈਂ ਮਾਂ ਦੇ ਦਿਲ ਦੀ ਤੁਹਾਨੂੰ ਗੱਲ ਦੱਸ ਰਿਹਾ, ਮਾਂ ਦਾ ਹਿਰਦਾ ਕਿੱਡਾ ਵੱਡਾ ਹੈ। ਐਵੇਂ ਨੀ ਬਾਣੀ ਨੇ ਆਖਿਆ, ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ, ਨਾਰਾ ਕਿਸ ਤੇ ਪੁੱਤਰ ਜਿੰਨੀਆਂ ਮਰਜ਼ੀ ਭੁੱਲਾਂ ਕਰ ਦੇ। ਮਾਂ ਨੂੰ ਇੱਕ ਵਾਰ ਆ ਕੇ ਕਹਿ ਦੇ, ਮਾਂ ਮੇਰੇ ਕੋਲ ਭੁੱਲ ਹੋ ਗਈ। ਮਾਂ ਕਹਿਣ ਲੱਗੀ, ਫਿਰ ਕੀ ਹੋਇਆ? ਜੇ ਭੁੱਲ ਹੋ ਗਈ ਕੋਈ ਗੱਲ ਨੀ ਪੁੱਤਰਾ। ਪੱਤਰਕਾਰ ਵੀਰ ਇੰਟਰਵਿਊ ਕਰ ਰਿਹਾ, ਮਾਂ ਤੂੰ ਬਿਰਧ ਆਸ਼ਰਮ ਵਿੱਚ ਬੈਠੀ ਆ, ਕੀ ਗੱਲ? ਮਾਂ ਕਹਿਣ ਲੱਗੀ, ਮੇਰੇ ਮਾੜੇ ਕਰਮ ਹੈ। ਤੇ ਅੱਗੋਂ ਪੱਤਰਕਾਰ ਵੀਰ ਨੇ ਸਵਾਲ ਕੀਤਾ, ਮਾਂ ਤੇਰੇ ਪੁੱਤਰਾਂ ਨੇ ਤੈਨੂੰ ਬਿਰਧ ਆਸ਼ਰਮ ਵਿੱਚ ਛੱਡਿਆ ਹੋਇਆ ਹੈ, ਮੈਨੂੰ ਇਹ ਦੱਸ, ਅੱਜ ਲੋਹੜੀ ਦਾ ਦਿਨ ਹੈ, ਤੂੰ ਵੀ ਆਪਣੇ ਪੁੱਤਰਾਂ ਦੀ ਲੋਹੜੀ ਪਾਈ ਹੋਣੀ ਹੈ? ਮਾਂ ਕਹਿਣ ਲੱਗੀ, ਹਾਂ ਵੇ ਪੁੱਤਰਾ, ਮੈਂ ਵੀ ਬੜੇ ਚਾਵਾਂ ਦੇ ਨਾਲ ਆਪਣੇ ਪੁੱਤਰਾਂ ਦੀ ਲੋਹੜੀ ਪਾਈ ਹੈ। ਮੈਂ ਵੀ ਬੜੇ ਲਾਡ ਲੜਾਏ ਸੀ ਜਦੋਂ ਮੇਰਾ ਪੁੱਤ ਵੱਡਾ ਹੋਇਆ, ਉਦੋਂ ਮੈਂ ਬੜੇ ਲਾਡ ਲੜਾਏ, ਮੈਂ ਲੋਹੜੀਆਂ ਵੀ ਪਾਈਆਂ, ਆਪਣੇ ਪੁੱਤਰ ਦਾ ਵਿਆਹ ਵੀ ਕੀਤਾ, ਮੈਂ ਪੋਤੇ ਵੀ ਖਿਡਾਏ ਇਹਨਾਂ ਹੱਥਾਂ ਨਾਲ। ਪੱਤਰਕਾਰ ਵੀਰ ਨੇ ਫਿਰ ਸਵਾਲ ਕੀਤਾ, ਮਾਂ ਤੂੰ ਇਹ ਦੱਸ ਵੀ ਅੱਜ ਬਿਰਧ ਆਸ਼ਰਮ ਵਿੱਚ ਬੈਠੀ ਆਪਣੇ ਪੁੱਤਰਾਂ ਵਾਸਤੇ ਕੀ ਸੋਚ ਰਹੀ ਆ? ਤੂੰ ਮੈਨੂੰ ਇਹ ਦੱਸ ਵੀ ਹੁਣ ਤੂੰ ਆਪਣੇ ਪੁੱਤਰਾਂ ਬਾਰੇ ਕੀ ਸੋਚਦੀ ਹੈ? ਆ ਵੇਖਿਓ ਜੀ, ਮਾਂ ਦਾ ਦਿਲ, ਜਦੋਂ ਮੈਂ ਇੰਟਰਵਿਊ ਸੁਣ ਰਿਹਾ ਸੀ ਮੇਰਾ ਵੀ ਦਿਲ ਭਰ ਆਇਆ। ਮਾਂ ਨੇ ਆਖਿਆ, ਮੈਂ ਅਰਦਾਸ ਕਰਦੀ ਹਾਂ ਪਰਮਾਤਮਾ ਦੇ ਚਰਨਾਂ ਵਿੱਚ ਕਿ ਪੁੱਤਰਾ ਤੂੰ ਮੈਨੂੰ ਪੁੱਛ ਰਿਹਾ ਹੁਣ ਮਾਂ ਕੀ ਸੋਚਦੀ ਹੈ? ਮਾਂ ਨੇ ਆਖਿਆ, ਮੈਂ ਰੱਬ ਦੇ ਚਰਨਾਂ 'ਚ ਅਰਦਾਸ ਕਰ ਰਹੀ ਹਾਂ, ਰੱਬਾ ਜਿੱਥੇ ਵੀ ਮੇਰੇ ਪੁੱਤਰ ਧੀ ਹੋਣ ਉਹਨਾਂ ਨੂੰ ਤੱਤੀ ਹਵਾ ਨਾ ਲੱਗਣ ਦੇਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਪੇ ਕਦੇ ਕੁਮਾਪੇ ਨਹੀਂ ਹੁੰਦੇ।